ਵੀਜ਼ਾ ਦਾ ਭੇਤੀ ਸੀ ਤੇ ਬੀਤੇ ਦਿਨੀ ਜਦੋਂ ਗੁਰੂ ਘਰ 'ਚ ਪੈਸੇ ਚੋਰੀ ਹੋਣ ਦੇ ਮਾਮਲਿਆਂ ਦੇ ਬਾਅਦ ਸੀਸੀਟੀਵੀ ਵੀਡੀਓ ਚੈੱਕ ਕੀਤੀ ਗਈ ਤਾਂ ਹੈਰਾਨੀ ਦੀ ਹੱਦ ਨਾ ਰਹੀ। ਜਿੱਥੇ ਗੁਰੂ ਘਰ 'ਚ ਚੋਰੀ ਹੋਰ ਕੋਈ ਨਹੀਂ ਬਲਕਿ ਆ ਸਿੱਖੀ ਬਾਣੇ 'ਚ ਨਜ਼ਰ ਆਉਂਦਾ ਗ੍ਰੰਥੀ ਹਰੀ ਸਿੰਘ ਹੀ ਕਰ ਰਿਹਾ ਸੀ। ਤੇ ਤਸਵੀਰਾਂ ਤੁਸੀਂ ਵੀ ਦੇਖੋ ਕਿਵੇਂ ਚੋਰਾ ਵਾਂਗ ਗੁਰੂ ਘਰ 'ਚ ਵੜਿਆ ਤੇ ਆਲਾ ਦੁਆਲਾ ਦੇਖਦੇ ਗੋਲਕ ਨੂੰ ਹੱਥ ਪਾ ਲਿਆ ਤੇ ਗੋਲਕ ਟੇਢੀ ਕਰਕੇ ਵਿੱਚੋਂ ਮਾਇਆ ਗਾਇਬ ਕਰਕੇ ਫਰਾਰ ਹੋ ਗਿਆ ਤੇ ਇੰਜੀ ਇਸਨੇ ਕਈ ਵਾਰ ਇਹ ਕਾਰਾ ਕਰਕੇ ਕਰੀਬ ਹਜ਼ਾਰਾਂ ਰੁਪਏ ਉਡਾਲੇ। ਉੱਥੇ ਇਸ ਘਟਨਾ ਦਾ ਪਤਾ ਲੱਗਣ ਦੇ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਗੁਰਦੁਆਰਾ ਕੁਟੀਆ ਸਾਹਿਬ ਵਿਖੇ ਦੋ ਤਿੰਨ ਦਿਨ ਤੋਂ ਚਰਚਾ ਚੱਲ ਰਹੀ ਸੀ ਵੀ ਇੱਥੇ ਗੋਲਕ ਦੇ ਵਿੱਚੋਂ ਚੋਰੀ ਹੋ ਰਹੀ ਹੈ। ਅੱਗੇ ਵੀ ਇੱਕ ਦੋ ਵਾਰ ਇਹ ਮਸਲੇ ਇੱਥੇ ਉੱਠੇ, ਪਰ ਹੁਣ ਜਿਹੜੇ ਕੈਮਰੇ ਲਵਾਏ ਗਏ ਆ ਉਹਨਾਂ ਕੈਮਰਿਆਂ ਦੀ ਫੁਟੇਜ ਕਢਾ ਕੇ ਪਰਸੋਂ ਕਮੇਟੀ ਨੇ ਦੇਖਿਆ ਵੀ ਵਾਕਈ ਇੱਕ ਇੱਥੋਂ ਦਾ ਇੱਕ ਸਾਬਕਾ ਗ੍ਰੰਥੀ ਉਹ ਇੱਥੋਂ ਪੈਸੇ ਕੱਢਦਾ ਪਾਇਆ ਗਿਆ। ਔਰ ਕੱਲ੍ਹ ਦਸ ਨੂੰ ਇਹਨੇ ਸੱਦਿਆ, ਮੈਂ ਵੀ ਉਹ ਫੁਟੇਜ ਦੇਖੀ ਅਤੇ ਦੇਖ ਕੇ ਬੜੀ ਉਹ ਜਣੀ ਆਪਦੇ ਮਨ ਨੂੰ ਫੇਸਬੁੱਕ 'ਚ ਵੀ ਇੱਕ ਬੰਦਾ ਗੁਰੂ ਦਾ ਘਰ ਦਾ ਗ੍ਰੰਥੀ ਹੋਵੇ ਔਰ ਬੜਾ ਗਿਆਨ ਵੀ ਦਿੰਦਾ ਹੋਵੇ, ਗਿਆਨ ਰੱਖਦਾ ਵੀ ਹੋਵੇ, ਪਰ ਇਹ ਜਿਹੀ ਕਰਤੂਤ ਉਹਦੇ ਵਾਸਤੇ ਬਹੁਤ ਮਾੜੀ ਹੈ। ਮੈਂ ਤਕਰੀਬਨ ਕੋਸ਼ਿਸ਼ ਅਸੀਂ ਕਰੀ ਆ, ਦੋ ਵਾਰ ਤਾਂ ਕੈਮਰਾ 'ਚ ਮੈਂ ਵੀ ਵੇਖਿਆ ਵੀ ਉਹ ਇੱਕ ਤਾਂ 6 ਤਰੀਕ ਵਾਲੇ ਦਿਨ ਉਹ ਗੋਲਕ ਦੇ ਵਿੱਚ ਕੈਮਰੇ ਨਾਲ ਪੈਸੇ ਦੇ ਕੇ ਗਿਆ ਔਰ ਗੋਲਕ ਨੂੰ ਟੇਢੀ ਕਰਕੇ ਦੇਖ ਗਿਆ ਔਰ 9 ਤਰੀਕ ਨੂੰ ਉਹ ਪੂਰਨ ਵਿਸਥਾਰ ਦੇ ਨਾਲ